ਵੀ ਫਤਿਹ ਬੁਲੰਦ ਕਰੀਏ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਸਾਧੂ ਸੰਗ ਕੀ, ਸੁਨਹੋ ਮੇਰੇ ਮੀਤਾ। ਪਿਆਰੇ ਖਾਲਸਾ ਜੀਓ, ਅੱਜ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰੀ ਵਿੱਚ ਉਹਨਾਂ ਪਿਆਰਿਆਂ ਦੀ ਯਾਦ ਵਿੱਚ ਬੈਠੇ ਹਾਂ ਖਾਲਸਾ ਜੀਓ, ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰਕੇ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਭਜਨ ਕਰਕੇ ਉਹਨਾਂ ਦੇ ਪ੍ਰਤੱਖ ਦਰਸ਼ਨ ਕੀਤੇ। ਸੰਤ ਬਾਬਾ ਨਿਧਾਨ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਸੰਤ ਬਾਬਾ ਆਤਮਾ ਸਿੰਘ ਜੀ ਅਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ, ਇਹਨਾਂ ਦੀ ਯਾਦ ਵਿੱਚ ਆਪਾਂ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ 'ਚ ਜੁੜੇ ਹਾਂ। ਪਿਆਰੇ ਖਾਲਸਾ ਜੀਓ, ਇੱਕ ਪੁਰਾਣੀ ਵਾਰਤਾ ਹੈ। ਇੱਕ ਸੂਫੀ ਫਕੀਰ ਹੋਏ। ਸੂਫੀ ਖਾਲਸਾ ਜੀਓ, ਇਸਲਾਮ ਧਰਮ ਦੇ ਨਾਲ ਉਹਨਾਂ ਦਾ ਲਿੰਕ ਰਹਿੰਦਾ। ਉਹ ਸਟੇਜ 'ਤੇ ਬੋਲ ਰਹੇ ਸੀ, ਜਿਵੇਂ ਅੱਜ ਆਪਾਂ ਸਮਾਗਮ 'ਤੇ ਸਾਰੇ ਮਹਾਂਪੁਰਸ਼ ਇਕੱਠੇ ਹੋਏ, ਬੰਦਗੀ ਵਾਲੇ, ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ। ਉਹਨਾਂ ਮਹਾਂਪੁਰਖਾਂ ਦੀ ਇੱਕ ਖੂਬੀ ਸੀ ਖਾਲਸਾ ਜੀ, ਉਹ ਜਦੋਂ ਬੋਲਦੇ ਸੀ ਨਾ, ਸਿਰਫ ਇਸਲਾਮ ਧਰਮ ਨਹੀਂ ਉਹਨਾਂ ਨੂੰ ਸੁਣਦਾ ਸੀ, ਉਹਨਾਂ ਦੇ ਮੁਰੀਦ ਹੀ ਨਹੀਂ ਉਹਨਾਂ ਨੂੰ ਸੁਣਦੇ ਸੀ, ਉਹਨਾਂ ਨੂੰ ਹਰ ਸੰਪਰਦਾ ਦੇ ਜਗਿਆਸੂ ਸੁਣਦੇ ਸੀ, ਕਿਉਂਕਿ ਕਮਾਈ ਸੀ ਖਾਲਸਾ ਜੀ ਉਹ। ਜਦ ਸਾਧੂ ਬੋਲਦਾ ਨਾ, ਜਿਵੇਂ ਬੰਦੂਕ ਚੱਲਦੀ, ਫਿਰ ਨਿਸ਼ਾਨੇ ਤੋੜ ਕੇ ਰੱਖ ਦਿੰਦੀ, ਅਤੇ ਜਦ ਮਹਾਂਪੁਰਸ਼ ਬੋਲਦੇ ਸੀ ਤਾਂ ਸਾਰੇ ਜਗਿਆਸੂ ਅਤੇ ਹਰ ਧਰਮ ਦੇ ਜਗਿਆਸੂ ਉਹਨਾਂ ਦੇ ਸਾਹਮਣੇ ਬੈਠ ਕੇ ਸੁਣਦੇ ਸੀ। ਸਪੀਕਰਾਂ ਦਾ ਸਿਸਟਮ ਨਹੀਂ ਸੀ। ਜਦੋਂ ਮੇਰੇ ਵਿਦਿਆ ਦਾਤੇ ਬਾਬਾ ਹਰਦੀਪ ਸਿੰਘ ਜੀ ਇੱਕ ਦਿਨ ਮੈਨੂੰ ਪੁੱਛਣ ਲੱਗੇ, ਤੂੰ ਕਥਾ ਤਾਂ ਸੁਣਦਾ ਪਰ ਬਹਿੰਦਾ ਕਿੱਥੇ? ਮੈਂ ਕਿਹਾ, ਮਹਾਰਾਜ ਮੈਂ ਆਪ ਜੀ ਦੇ ਪਿੱਛੇ ਬੈਠ ਕੇ ਜੰਗਲੇ ਦੇ ਲਾਗੇ ਬੈਠ ਕੇ ਕਥਾ ਸੁਣਦਾ। ਕਹਿਣ ਲੱਗੇ, ਨਹੀਂ, ਜਿਸ ਵੇਲੇ ਕਥਾ ਸੁਣਨੀ ਤਾਂ ਸਾਹਮਣੇ ਬੈਠ ਕੇ ਸੁਣਨੀ, ਵਕਤੇ ਦੇ ਅੱਖਾਂ ਵਿੱਚ ਅੱਖਾਂ ਪਾ ਕੇ ਸੁਣਨੀ। ਕਿਹਾ ਨਹੀਂ, ਮਾਨ ਸਿੰਘ ਝੋਲ ਜੀ ਨੇ ਕਿਹਾ, ਉਹ ਮਹਾਂਪੁਰਖ ਜਦੋਂ ਬੋਲਦੇ ਸੀ ਤਾਂ ਸਾਰੇ ਸੰਪਰਦਾ ਦੇ ਲੋਕ ਸੁਣਦੇ ਸੀ। ਅੱਜ ਸਾਡੇ ਪੰਥ ਵਿੱਚ ਵੀ ਇਹੋ ਜਿਹੇ ਮਹਾਂਪੁਰਸ਼ ਹੋਏ ਖਾਲਸਾ ਜੀਓ, ਜਿਨ੍ਹਾਂ ਨੂੰ ਸਾਰੇ ਸੰਪਰਦਾ ਦੇ ਲੋਕ ਸੁਣਦੇ ਸੀ। ਕਿਸੇ ਵੇਲੇ ਮੈਂ ਇਸ ਸਟੇਜ ਤੋਂ ਬਾਬਾ ਈਸ਼ਰ ਸਿੰਘ ਜੀ ਦੀ ਵਾਰਤਾ ਆਪ ਜੀ ਨੇ ਸੁਣਾਈ ਸੀ ਕਲਕੱਤੇ ਵਾਲੀ, ਅਤੇ ਬਜ਼ੁਰਗ ਮਿਲੇ ਸੀ ਕਲਕੱਤਾ ਦੇ, ਉਹ ਕਹਿਣ ਲੱਗੇ, ਸਿੰਘ ਸਾਹਿਬ ਜੀ, ਜਦੋਂ ਮਹਾਂਪੁਰਸ਼ ਆਉਂਦੇ ਸੀ ਨਾ ਬਾਬਾ ਈਸ਼ਰ ਸਿੰਘ ਜੀ, ਅਤੇ ਉਸ ਵੇਲੇ ਹਰ ਸੰਪਰਦਾ ਦੇ ਮੁਖੀ ਆ ਕੇ ਸਾਹਮਣੇ ਬੈਠ ਕੇ ਉਹਨਾਂ ਦਾ ਕੀਰਤਨ, ਉਹਨਾਂ ਦਾ ਲੈਕਚਰ, ਉਹਨਾਂ ਦੀ ਕਥਾ ਸੁਣਦੇ ਸੀ। ਅਤੇ ਪੰਥ ਵਿੱਚ ਇਹੋ ਜਿਹੇ ਬੜੇ ਵਿਦਵਾਨ ਹੋਏ ਹਨ। ਤੋ ਪਿਆਰੇ ਖਾਲਸਾ ਜੀਓ, ਬਾਬਾ ਕਾਲਾ ਸਿੰਘ ਜੀ ਵੀ ਅੰਮ੍ਰਿਤ ਸੰਚਾਰ ਬਾਰੇ ਬੋਲੇ ਅਤੇ ਮੇਰਾ ਧਿਆਨ ਉਹ ਇੱਕ ਪਾਸੇ ਚਲਾ ਗਿਆ ਸੀ। ਮੈਨੂੰ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਯਾਦ ਆ ਗਈ ਜਦੋਂ ਅੰਮ੍ਰਿਤ ਸੰਚਾਰ ਦੀ ਗੱਲ ਕੀਤੀ। ਚਲੋ ਆਪਾਂ ਉਹ ਵਾਰਤਾ ਰਹਿਣ ਦਈਏ, ਮਹਾਂਪੁਰਖਾਂ ਦੀ ਸੂਫੀ ਫਕੀਰ ਦੀ ਵਾਰਤਾ ਕਹੀਏ। ਉਹ ਸੂਫੀ ਫਕੀਰ ਬੋਲਦੇ ਬੋਲਦੇ, ਕਿਉਂਕਿ ਜਿਹੜਾ ਵਕਤਾ ਹੁੰਦਾ ਨਾ ਖਾਲਸਾ ਜੀ, ਉਹ ਸਾਹਮਣੇ ਵਾਲਿਆਂ ਨੂੰ ਵੇਖ ਕੇ ਬੋਲਦਾ ਕਿ ਇਹਦੇ ਉੱਤੋਂ ਦੀ ਗੱਲ ਜਾ ਰਹੀ ਕਿ ਥੱਲਿਓਂ ਦੇ ਗੱਲ ਜਾ ਰਹੀ। ਪਰ ਜਿਹੜਾ ਸਿਆਣਾ ਟੀਚਰ ਹੁੰਦਾ ਨਾ, ਉਹ ਆਖਰੀ ਵਿਦਿਆਰਥੀ ਨੂੰ ਦੇਖ ਕੇ ਪੜ੍ਹਾਉਂਦਾ ਕਿ ਉਹਦੇ ਵੀ ਸਮਝ ਵਿੱਚ ਆ ਜਾਵੇ। ਸੂਫੀ ਫਕੀਰ ਬੋਲਣ ਲੱਗੇ ਕਿ ਮੁਰੀਦੋ, ਹਰ ਜਗਿਆਸੀਓ, ਅੱਲਾ ਅੱਲਾ ਕਰਿਆ ਕਰੋ। ਯਾਨੀ ਉਹਨਾਂ ਦੀ ਵਾਰਤਾ ਹੈਗੀ, ਆਪਣਾ ਮਤਲਬ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਉਹਦੇ ਵਿੱਚ ਨਾ ਤੁਹਾਡੇ ਰਿਜਕ ਵਿੱਚ ਬਰਕਤ ਹੋਵੇਗੀ, ਤੁਹਾਡੇ ਜ਼ਿੰਦਗੀ ਵਿੱਚ ਸਕੂਨ ਮਿਲੇਗਾ, ਤੁਹਾਡੇ ਮਨ ਨੂੰ ਸਕੂਨ ਮਿਲੇਗਾ, ਤੁਹਾਡੀ ਹਰ ਇੱਛਾ ਪੂਰੀ ਹੋਵੇਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੈਂ ਕਿਹਾ ਨਾ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਜੋ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਥਾਂ 'ਤੇ ਕਮਾਲ ਕਰ ਦਿੱਤੀ, ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰਕਾ ਨਾਮ ਪਿਆਰਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨਾਮ ਜਪਣ ਵਾਲਿਆਂ ਦੇ ਨਾ ਇਹੋ ਜਿਹੇ ਕੰਮ ਵੀ ਪੂਰੇ ਕਰ ਦਿੰਦੇ ਜਿਹੜੇ ਉਹਨਾਂ ਨੂੰ ਚਿੱਤ ਚੇਤੇ ਵੀ ਨਾ ਹੋਵੇ। ਤਾਂ ਮਹਾਂਪੁਰਸ਼ ਬੋਲ ਰਹੇ ਸੀ ਅਤੇ ਇੱਕ ਸਾਹਮਣੇ ਜਗਿਆਸੂ ਬੈਠਿਆ ਹੋਇਆ ਸੀ, ਅਤੇ ਉਹ ਸੋਚ ਰਿਹਾ ਸੀ ਮਹਾਂਪੁਰਸ਼ ਕੀ ਬੋਲ ਰਹੇ। ਕਹਿੰਦੇ, ਅੱਲਾ ਅੱਲਾ ਕਹਿਣ ਨਾਲ, ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਇੰਨੇ ਕੰਮ ਹੋ ਜਾਂਦੇ, ਇੱਕ ਨਾਮ 'ਤੇ ਇੰਨੇ ਕੰਮ।
यानी उन्हें एक तर्क जी मन विच उठाई, बोलिया नहीं मूहों ने, तो उहदे मन विच इच्छा कहण लगा वाहिगुरू वाहिगुरू अल्लाह अल्लाह करन दे नाल इन्नियां इच्छा किवें पूरियां होंदियां। अज खालसा जी असीं भी यही थां खलोते होए हैं, सानू भी विश्वास नहीं है गुरमंत्र मूल मंत्र ते, भावें जो मर्जी तुसीं नाराज़ हो मेरे ते, साढ़े मन विच भी मूल मंत्र करदियां इच्छा होंदी कि यार ये कम होवेगा कि नहीं होवेगा, वाहिगुरू मंत्र पढ़दियां ये कहिंदे कि आ पता नहीं ये कम होना कि नहीं होना, किसी ना किसी मन विच कोने विच ये आवाज़ निकलती रहिंदी। बाणी पढ़दियां कहिंदे यार पता नहीं इन्ना वड्डा कारज है बाणी पढ़न नाल सर होएगा कि नहीं। साढ़े कोल भी आउंदे ना बहुत संगतां मिलन आउंदियां रात नूं, कहिंदे बाबा जी घर भी शांति नहीं रहिंदी। मैं कहिंदा यार बाणी पढ़िया करो। नहीं बाबा जी तुसीं अरदास कर दिओ। कई आंदे जी हुण ते बहुत संगत बाहर जाण दी तैयारी कीती, रहना कोई नहीं चाहता पंजाब विच, वो कहिंदे बाबा जी बाहर का वीजा लग जाए। मैं कह रहा इन्नी इन्नी मूल मंत्र की माला फेरिया करो, वो कहिंदे नहीं बाबा जी तुसीं अरदास कर दिओ। एक जना मैनू कहण लगा बाबा जी कोई तबीत नहीं दे देंदे तुसीं? मैं कहा तेरा बेड़ा तर जा, मैं छड्डो, कहिंदे कोई तबीत है तो दे दो, कहिंदे मैं नाल रखूँगा तो जहाज भी बह के चल जावांगा। अज असी खालसा जी इत्थे खलो गए आके, सानू नहीं विश्वास, हुण नास्तिकता ही होगी ना एक तरह की, कईयां दी नास्तिकता बहुत वड्डी चोट मार रही अजकल पंथ विच। एक बीबी आई सी कॉलेज विच पढ़दी सी, उह कहण लगी बाबा जी मैं अमृत छकणा। मैं कहा तो रोकिया किसने? मैं कहा जे चंगीआं गल्लां नूं पुछणा नहीं चाहीदा, जे सतगुरां नूं पुछे ना चंगी गल वास्ते, महाराज कहिंदे नह विलंब धर्मं, देरी नहीं करनी धर्म वास्ते, मन बड़ा बेईमान है उस वेले बदल जाता। मैं कहा तो अमृत छक लै, तो उन्हें कहा नहीं बाबा जी मेरा परिवार भी इत्थे आया होया, तो परिवार ने कहा तू अमृत नहीं छकना। मैं कहा तू परिवार नूं की वेखदी, तू अपना लोक परलोक सवार, तू अपना नाम जप, तू अपनी बंदगी कर। उन्हें थोड़ी हल्लाशेरी होई, फिर दूजे दिन होर आ गई, आ के तो रोन लग पई, कहन लगे बाबा जी, कहन लगे घर वाले ने कह दिता जे अमृत छकिया तू तेनू घर विच ही नहीं पैर रखण देना सी, तू साडे लई मर गई सी तेरे लई मर गए। वो बेचारी सतोपंच विच पै गई। सो खालसा जी अज आपां इत्थों तक भी आ गए, क्योंकि झूठ का पसारा है खालसा जी, वह झूठा ही बोलबाला है। इस दे विच सच दे मार्ग दे चलना बड़ा औखा है खालसा जी, बड़ा मुश्किल है, बड़ा औखा है, तो बड़ा ही महंगा सौदा हैगा। जेड़े जेड़े भी इस मार्ग ते चले, सारियां तो पहले परिवार ने उन्हां दी रुकावट पैदा की थी। तन श्री गुरु ग्रंथ साहब जी इस गल की गवाही देंदे, हमरे कुल कौने राम कहो। कबीर की माता ना बेचारी दुखी हो गई सी, कबीर नूं वेख वेख के दिन रात माला लेके फिरदे रहिंदा, बस वह साधुआं नूं बुला लेंदा रोटियां बनाओ, जिवें इन्हां दी माँ बैठी हुंदी परोठे बनाओ, माँ भी बड़ी गुस्से च आउंदी। उन्हें सारिया अंटियां नूं कट्ठियां कर लिया गुआंढण दियां, तो कहन लगे हमारे कुल कौने राम कहो। कहन लगे तुहानूं पता साडे कुल च किसी ने राम कहा? फिर उन्हें गुस्से च आके कहे जब की माला लई निपूते, निपुते खालसे दा खालसा जी अर्थ हुंदा औंतरे दा, ते कबीर नूं भी नहीं छड्डिया ते आपां कड़ी घास दी मूली हैगी। ते उन्हें कहा दो अर्थ महा विद्यादात्या ने पढ़ाए, पहले ते उन्हें गाला कटी रामानंद नूं, कहिंदे उहदा बेड़ा तरजा हरामी दा, कहण लगे औंतरे दा मेरे बेटे नूं जिहड़ी माला दे दित्ती ते हुण माला फड़ के नाम जपदा रहिंदा। ते दूजा अर्थ हैगा जबकि माला लई निपुते, जदों दी इह औंतरे कबीर ने माला फड़ी ना तब ते सुख ना पयो, सुखी उड़ गया घर विचों। इन्नियां रुकावटां आईयां खालसा जीओ भगतां नूं भी, जिहड़ा इस रस्ते ते चलदा खालसा जीओ भगती दे रस्ते ते चलदा, उस वेले परिवार दे मैंबर कहिंदे किहड़े पासे लगे, परिवार ही डिका सिंह बन जांदा पहले, ते फिर परिवार तो बाद फिर संसार। संसार भी कहिंदा यार किहड़े पासे लग पिया तू नाम जपदा रहिंदा कम करिया कर। ते सतगुरां नूं पुछिया महाराज संसार क्यों उलट रहिंदा भगतां दे? महाराज ने कहा भगतां दे संसारिया जोड़ कदे ना आया, जोड़ नहीं आउंदा इन्हां दे विच, इस करके ये उल्ट ही रहिंदे। तुसीं भी इस पासे लगोगे ना कोई तुहानूं रोकेगा किहड़े किसे किहड़े पासे मूंह चुक के तुर पिया तू? ओ कमा कुछ कुछ कर,
खालसा जीओ जिन्हों जिन्हों ने इस भगती लगना हुए वो किसी की परवाह ना करे। एक नदी का उदाहरण है खालसा जी, उस वेले नदी चलती ना, जदों समुद्र नूं मिलदी नदी तो रस्ते बड़िया रुकावटां हुंदियां ने, उन्हों वड्डे वड्डे पहाड़, वड्डे वड्डे चट्टान, वड्डे वड्डे खाइयां खड, पर जिहड़ी नदी है ना वह चलती रहिंदी, जिथे रुकावट आउंदा उत्थे सगों तेज हो जाती। इस करके जिथे भी रुकावटां पैण खालसा जीओ भजन नहीं छड्डना, बंदगी नहीं छड्डनी, रुकावट का मुकाबला निम्रता नाल करना, घर विच कलेश भी नहीं पाउणा, डंडा सोटा नहीं खड़काउंदे रहना, भांडे नहीं वजाउंदे रहने, उन्हां दा मुकाबला निम्रता नाल करना, हथ जोड़ के करना, तो अपनी भगती चालू रखनी। भगत प्रहलाद होया खालसा जीओ जिसने भगती की, उन्हां दा इतिहास तुहानू सारिआं नू पता। भगती करदा सी, रब नू मनदा सी, पर हरनाकश कहिंदा सी इह रब नू ना मन्ने, मेरे कदम ते चले, मेरे कदम चहन ते चले, ये मैनू मने। पर प्रहलाद कहा नहीं, मैं रब नू मनना। जेड़े मनमुख होंदे ना अपनी ईन मनाउंदे, पर जेड़े गुरमुख होंदे हन वह परवाह नहीं करते, क्योंकि वह नाम जपते, भजन करते, बंदगी करते खालसा जी। उन्होंने एक भरोसा होंदा धन श्री गुरु गोबिंद सिंह साहब महाराज जी ते, ते उन्हां दी परवाह नहीं करते। जेड़ी दुनिया है ना खालसा जी, वह बड़ी अकलमंद ते बड़ी होशियार है, वह अपने आप नू दुरुस्त समझ के चलती। अगर एक पासे पति लग जावे परमार्थ वल ते पत्नी रोकदी, कईयां दी पत्नी लग जांदी ते पति रोकदा, कईयां दी मां लगदी ते बेटे रोकदे, कईयां दे बेटे लग जांदे ते मां रोकदी। सो खालसा जीओ कदे कदे जीवन विच विचरदे होए जे दोवें जोड़ी परमात्मा दे नाल जुड़ी ते समझना इस परिवार ते किरपा हैगी, दोवें उठ के नाम जपदे, बाणी पढ़दे, सिमरन करदे, बंदगी करदे ते समझना इस ते किरपा हैगी। जे सारा टब्बर ही लगा होया होए, पुत भी लगी, धी भी लगी, माँ भी लगी, प्यो भी लगा, बच्चे भी लगे, तो इन्हां दे ते वड्डे भाग है। कई कई थां वेख्या जांदा है पति ते भजन नहीं करता पर पत्नी नूं नहीं रोकदा, कहिंदा तू नाम जपिया कर, तू भजन करिया कर। कई थां इहो जिहा हुंदा पति लग्या हुंदा, पत्नी नहीं रोक, पत्नी नहीं नाम जपदी, पर वो रोकदी नहीं। पर कई खालसा जी इहो जिहे थां भी सानूं मिलदे, कई विचारियां, कई विचारे सिंह अखां जी हंझू ला के घेरदे, कहिंदे बाबा जी कहिण लगे सवेरे उठीदा हुंदा अमृत वेले नाम जपण नूं, इशनान करके चित करदा कि हुण भजन करिए, समाधि लाइए, घरवाली उस वेले कलेश मचा देंदी, कहिण लगे अद्धी रात नूं उठना सी ते बाबा ही बन जाणा सी तूं, मेरे नाल कहनूं विआह कीता जे इस तरह अद्धी रात नूं, कहिंदे बाबा जी कलेश मचा हुंदा, फिर चुप करके सौं जाईदा। मैं कहा सौणा नहीं, कोई ना कोई तरीके नाल भजन चालू करना। कहीं बीबियां मिल जांदियां, कहिंदे बाबा जी बड़ी इच्छा हुंदी सवेरे उठ के गुरुद्वारे नूं जाइए, उठ के बाणी पढ़िए, भजन करिए, सिमरन करिए। पति कहिंदा खबरदार उठी दे, हुण करिए की गल। एक बीबी कहण लगी बाबा जी साडे तो ना पंजाब पंजाब रहिंदी सी, वह मिली मैनूं, कहण लगी साडे कोल बड़े महात्मा हुंदे, नाम जपण वाले, बंदगी करन वाले, सिमरन करन वाले, तो लोग उन्हां दे कोल जाके अपना दुख सुख पुछदे कि महाराज कृपा करो साडे सिर ते हथ रखो, साडा भी दुख दूर होवे, सानू भी कोई भजन बंदगी दिओ। वह बीबी कहण लगी मैं अपने पति नूं बोलिया कि आपां भी चलीए महापुरशां दे कोल ते आपां भी दुख सुख पुछीए, कोई गल पुछीए। वह पति कहिंदा उहनूं बड़ा आउंदा, उहनूं बड़ा पता संत नूं, तू मेरे तो पुछ, कहण लगा की आऊं, की पुछना चाहुंदी। मैं बीबी नूं कहा वो तो गल तो सच कह रहा तेरा पति, तू पति नूं पुछ लै। वो बड़ी गुस्से विच आई, बड़ी औखी होई, कहण लगा धेले की अकल नहीं है, कहिंदी पति बनिया फिरदा, दिमाग दे कौड़ी दा नहीं है, कहण पता नहीं कितों पले पै गया। मैं कहा तो सारिया बीबिया ही कहिंदियां, मैं कहा तू की कहिंदी, मैं कहा। और जब गुस्से आउंदियां ना फिर बोलती पति, कई मन विच बोलदे कि जोर दी बोलदे, पति किन्ना भी सियाणा होए पत्नियां थोड़ी मनदियां। एक ना बीबी भांडे मांज रही सी बरांडे विच, भांडे साफ कर रही सी, साफ करदे करदे ना उहदी निगाह आसमान ते पई, ते एक फकीर उड़दा जा रहा सी आसमान विचों, बड़ी तेजी दे नाल, जिवें जट निकलदा ना, जिवें तीर निकलदा, जिवें 303 दी गोली चलदी, इस तरह जा रहा सी। उह बीबी भांडे मांजदे मांजदे कहण लगी, कहण लगे फकीर है तो इहो जिहा हो जाए, कहिंदी फकीर होवे ना ते इहो जिहा होवे,
ਤੇ ਦੇਵਨੇਤ ਨਾਲ ਦੇ ਉਹਦਾ ਪਤੀ ਵੀ ਫਕੀਰ ਸੀ ਤੇ ਕੁਝ ਘੰਟੇ ਬਾਅਦ ਉਹ ਪਤੀ ਘਰ ਆਇਆ ਜਿਹੜਾ ਉਹਨਾਂ ਦਾ ਪਤੀ ਸੀ ਉਹਨੇ ਰੋਟੀ ਖਵਾਈ ਉਹਨੂੰ ਤੇ ਉਹਨੇ ਫਿਰ ਉਹ ਵਾਰਤਾ ਸੁਣਾਈ ਇੱਕ ਫਕੀਰ ਜਾ ਰਿਹਾ ਸੀ ਕਹਿਣ ਲੱਗੇ ਉੱਡਦਾ ਹੋਇਆ ਫਿਰ ਉਹ ਫਕੀਰ ਸੀ ਨਾ ਜਿਹੜਾ ਉਹਦਾ ਪਤੀ ਉਹ ਕਹਿਣਾ ਉਹਨੇ ਚੋਲਾ ਇਹ ਜਿਹੇ ਰੰਗ ਦਾ ਪਾਇਆ ਸੀ ਪਤੀ ਪਤਨੀ ਕਹਿਣਗੀ ਯਸ ਇਹੋ ਜਿਹੇ ਰੰਗ ਦਾ ਪਾਇਆ ਫਿਰ ਉਹ ਪਤੀ ਨੇ ਪੁੱਛਿਆ ਉਹਨੇ ਦਸਤਾਰ ਇਹੋ ਜਿਹੇ ਰੰਗ ਦੀ ਬਣੀ ਸੀ ਕਹਿੰਦੇ ਯਸ ਬਰਾਬਰ ਫਿਰ ਉਸ ਪਤੀ ਨੇ ਪੁੱਛਿਆ ਉਹਨੇ ਜੋੜਾ ਵੀ ਪਾਇਆ ਸੀ ਕਹਿਣ ਲੱਗੇ ਹਾਂ ਅਤੇ ਪਤਨੀ ਹੱਥ ਪਤੀ ਹੱਥ ਜੋੜ ਕੇ ਕਹਿਣ ਲੱਗਾ ਭਗਵਾਨ ਨੇ ਮੈਂ ਹੀ ਸੀ ਉਹ ਕਹਿਣ ਪਤਨੀ ਨੇ ਤਾਂ ਸਿਰ ਨੂੰ ਹੱਥ ਮਾਰ ਲਿਆ ਕਹਿਣ ਲੱਗੇ ਮਰ ਜਾਣਿਆ ਤੂੰ ਸੀ ਕਿਵੇਂ ਡਿੱਗਾ ਡਿੱਗਾ ਉੱਡਦਾ ਸੀ ਕਹਿੰਦੇ ਇੰਝ ਲੱਗਦਾ ਸੀ ਹੁਣੇ ਡਿੱਗਿਆ ਕਿ ਹੁਣੇ ਡਿੱਗਿਆ ਥੱਲੇ ਕਹਿੰਦੇ ਜੇ ਉੱਡਣਾ ਨਹੀਂ ਆਉਂਦਾ ਤਾਂ ਕਾਹਨੂੰ ਉੱਡਦਾ ਪਿਆ ਇਹੋ ਜਿਹੀ ਤੁਹਾਡੀ ਹਾਲਤ ਹੈਗੀ ਕਈ ਖਾਲਸਾ ਜੀ ਉਹ ਕਈ ਇਹੋ ਜਿਹੇ ਪਰਿਵਾਰ ਮਿਲਦੇ ਨਿਯਮ ਨਹੀਂ ਛੱਡਦੇ ਪੰਜਾਬ 'ਚ ਇੱਕ ਪਰਿਵਾਰ ਹੈ ਖਾਲਸਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਬੀਬੀ ਦਾ ਨਿਯਮ ਹੈ ਪੰਜ ਪਾਠ ਰੋਜ਼ ਸੁਖਮਨੀ ਸਾਹਿਬ ਦੇ ਕਰਨੇ ਉਹ ਦਿਨ ਵਿੱਚ ਸੁਖਮਨੀ ਸਾਹਿਬ ਦੇ ਤਿੰਨ ਪਾਠ ਕਰ ਲੈਂਦੀ ਅਤੇ ਉਹਦਾ ਪਤੀ ਉਹਦੇ ਬੱਚੇ ਸ਼ਾਮ ਨੂੰ ਵਾਪਸ ਆ ਜਾਂਦੇ ਅਤੇ ਪਤੀ ਆਉਂਦੇ ਸਾਰ ਟੀ ਵੀ ਲਗਾ ਲੈਂਦਾ ਅਤੇ ਕਮਰਾ ਉਹਨਾਂ ਦੇ ਇੱਕ ਕੋਲ ਇੱਕ ਹੀ ਸੀ ਅਤੇ ਬਹੁਤ ਗਰੀਬ ਸੀ ਉਹ ਅਤੇ ਪਤਨੀ ਕਹਿੰਦੀ ਹੁਣ ਇਹਨੂੰ ਬੋਲੀਏ ਕੀ ਉਹ ਕਹਿੰਦਾ ਮੈਂ ਟੀ ਵੀ ਵੇਖਣੀ ਹੀ ਵੇਖਣੀ ਭਾਵੇਂ ਜੋ ਮਰਜ਼ੀ ਹੋ ਜਾਵੇ ਤੂੰ ਕੀ ਰੱਬ ਦੇ ਘਰ ਦਾ ਠੇਕਾ ਲਿਆਵਾ ਕਹਿਣ ਲੱਗੀ ਉਹਦੇ ਦੋ ਸੁਖਮਨੀ ਸਾਹਿਬ ਦੇ ਪਾਠ ਰਹਿੰਦੇ ਫਿਰ ਉਹ ਪਤੀ ਨੂੰ ਲੰਗਰ ਪਾਣੀ ਛਕਾ ਕੇ ਸਾਹਮਣੇ ਬਹਿ ਜਾਂਦਾ ਸੀ ਟੀ ਵੀ ਦੇ ਅਤੇ ਵੇਖਦੇ ਵੇਖਦੇ ਰੋਟੀ ਖਾਣਾ ਰੋਟੀ ਖਾਣ ਦੇ ਬਾਅਦ ਉਹਨੇ ਪਿਕਚਰ ਲਾ ਲੈਣੀ ਸੀ ਕੋਈ ਫਿਲਮ ਅਤੇ ਪਤਨੀ ਵੀ ਉਹਦੇ ਕੋਲ ਬਹਿ ਜਾਣਾ ਟੀ ਵੀ ਵੱਲ ਪਿੱਠ ਕਰਕੇ ਦੋ ਸੁਖਮਨੀ ਸਾਹਿਬ ਦੇ ਪਾਠ ਕਰਨੇ ਉਹ ਕਹਿਣ ਲੱਗੇ ਤੂੰ ਵੀ ਟੀ ਵੀ ਵੇਖ ਮੈਂ ਵੀ ਆਪਣਾ ਨਿਯਮ ਪੂਰਾ ਕਰਦੀ ਪਰ ਉਹਨੂੰ ਰੋਕਿਆ ਨਹੀਂ ਉਹਨੇ ਫਿਰ ਉਹ ਰੋਣ ਲੱਗੀ ਥੋੜ੍ਹੇ ਦਿਨਾਂ ਦੇ ਬਾਅਦ ਕਹਿਣ ਲੱਗੀ ਬਾਬਾ ਜੀ ਮੇਰਾ ਮਨ ਨਹੀਂ ਲੱਗਦਾ ਜਦੋਂ ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਕਰਦੀ ਨਾ ਉਹ ਟੀ ਵੀ ਦੀ ਉਹ ਫਿਲਮ ਦੀ ਆਵਾਜ਼ ਨਾ ਮੇਰੇ ਕੰਨਾਂ ਵਿੱਚ ਆਉਂਦੇ ਰਹਿੰਦੀ ਖਾਲਸਾ ਜੀ ਉਹ ਸ਼ਾਂਤ ਬੈਠ ਕੇ ਬਾਣੀ ਪੜੇ ਜਾਈ ਤਾਂ ਵੀ ਮਨ ਨਹੀਂ ਲੱਗਦਾ ਛੇਤੀ ਅਤੇ ਟੀ ਵੀ ਦੇ ਸਾਹਮਣੇ ਬੈਠ ਕੇ ਫਿਰ ਉਹਨੇ ਕੀ ਕੀਤਾ ਉਹ ਬੀਬੀ ਨੇ ਪਤੀ ਨੂੰ ਨਹੀਂ ਕੁਛ ਬੋਲਿਆ ਉਹਨੇ ਕਿਹਾ ਪਤੀ ਨੂੰ ਬੋਲ ਕੇ ਹੋਰ ਕਿਹੜਾ ਝਗੜਾ ਲਵੇ ਉਹਨੇ ਕੰਨਾਂ ਵਿੱਚ ਰੂਹ ਪਾ ਲਏ ਦੋਵੇਂ ਅਤੇ ਉਹਨੇ ਫਿਰ ਦੋ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਹਨੇ ਆਨੇ ਆਪਣਾ ਨਿਯਮ ਇਸ ਤਰ੍ਹਾਂ ਨਿਭਾਇਆ ਘਰ ਵਿੱਚ ਕਲੇਸ਼ ਵੀ ਨਹੀਂ ਪਾਇਆ ਅਤੇ ਨਿਮਰਤਾ ਦੇ ਨਾਲ ਆਪਣਾ ਨਿਯਮ ਵੀ ਪੂਰਾ ਕੀਤਾ ਇੱਕ ਪਿਆਰੀ ਬੱਚੀ ਸੀ ਉਹਦਾ ਵਿਆਹ ਹੋਇਆ ਬਹੁਤ ਸਮੇਂ ਦੀ ਘਟਨਾ ਹੈਗੀ ਜਦੋਂ ਮੈਂ ਆਪਣੇ ਗੁਰਦੇਵ ਕੋਲ ਪੜ੍ਹਦਾ ਸੀ ਉਸ ਬੱਚੀ ਦਾ ਨਿਯਮ ਸੀ ਅੰਮ੍ਰਿਤ ਵੇਲੇ ਉੱਠਣਾ ਅਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਉਹਦਾ ਵਿਆਹ ਹੋ ਗਿਆ ਬੱਚੀ ਦਾ ਅਤੇ ਜਿਸ ਵੇਲੇ ਸਹੁਰੇ ਘਰ ਉਹ ਅੰਮ੍ਰਿਤ ਵੇਲੇ ਉੱਠੀ ਨਾ ਬਾਣੀ ਲੱਗੀ ਪੜ੍ਹਨ ਅਤੇ ਸੱਸ ਆ ਗਈ ਕਹਿਣ ਲੱਗੀ ਸੌਂ ਜਾ ਚੁੱਪ ਕਰਕੇ ਕਹਿਣ ਲੱਗੀ ਸਾਡੇ ਘਰ ਵਿੱਚ ਨਹੀਂ ਚੱਲਦਾ ਹੈ ਸਾਡੇ ਘਰ ਵਿੱਚ ਅਸੀਂ 11 ਵਜੇ ਉੱਠਦੇ ਅੱਜ ਕੱਲ੍ਹ ਸਾਰੇ ਉੱਠ ਰਹੇ ਖਾਲਸਾ ਜੀ ਹੁਣ ਅਸੀਂ ਸਾਰਾ ਸਮਾਂ ਖਰਾਬ ਕਰਤਾ ਜਦੋਂ ਸੋਣਾ ਅਸੀਂ ਉਸ ਵੇਲੇ ਜਾਗ ਰਹੇ ਜਿਸ ਵੇਲੇ ਜਾਗਣਾ ਸੀ ਉਸ ਵੇਲੇ ਸਹੁਰੇ ਉਹਨੇ ਕਹਿ ਦਿੱਤਾ ਅੱਜ ਤੋਂ ਬਾਅਦ ਤੂੰ ਅੰਮ੍ਰਿਤ ਵੇਲੇ ਨਹੀਂ ਉੱਠੇਂਗੀ ਕਹਿਣ ਲੱਗਾ ਜਿਹੜੇ ਤੇਰਾ ਪੇਕੇ ਨਿਯਮ ਸੀ ਉਹ ਹੋ ਗਿਆ ਖਤਮ ਤੂੰ ਹੁਣ ਸਹੁਰੇ ਘਰ ਆਈ ਉਹਨੇ ਬੜਾ ਸਮਝਾਇਆ ਉਹ ਬੱਚੀ ਨੇ ਕਹਿਣ ਲੱਗੇ ਮਾਤਾ ਜੀ ਕਹਿਣ ਲੱਗੇ ਮੈਂ ਤਾਂ ਕਿਹਨੂੰ ਡਿਸਟਰਬ ਵੀ ਨਹੀਂ ਕਰਦੀ ਮੈਂ ਤਾਂ ਆਪ ਹੀ ਬਾਣੀ ਪੜ੍ਹਦੀ ਉਹ ਕਹਿਣ ਲੱਗੇ ਨਹੀਂ ਸਮਝਾਉਣ ਦੇ ਬਾਅਦ ਉਹ ਬੱਚੀ ਦੂਜੇ ਦਿਨ ਵੀ ਉੱਠ ਗਈ ਅੰਮ੍ਰਿਤ ਵੇਲੇ ਫਿਰ ਤਾਂ ਕੰਮ ਹੋ ਗਿਆ ਗਰਮ ਸੱਸ ਨੇ ਛੱਡੇ 5-6 ਸਲੋਕ ਚੰਗੇ ਮੋਟੇ ਮੋਟੇ ਬੱਚੀ ਨੇ ਕਿਹਾ ਹੁਣ ਨਹੀਂ ਕਲੇਸ਼ ਪਾਉਣਾ ਫਿਰ ਉਹਨੇ ਕਹਿ ਦਿੱਤਾ ਵਾਰਨਿੰਗ ਦੇ ਦਿੱਤੀ ਜੇ ਹੁਣ ਕੱਲ੍ਹ ਤੇਰੇ ਕਮਰੇ ਦੀ ਬਿਜਲੀ ਜਗੀ ਬੱਤੀ ਜਗੀ ਅੰਮ੍ਰਿਤ ਵੇਲੇ ਤੈਨੂੰ ਪੇਕੇ ਭੇਜ ਦੇਵਾਂਗੀ ਉਹ ਬੱਚੀ ਕਹਿਣ ਲੱਗੀ ਲੋਕ ਕੀ ਕਹਿਣਗੇ 4 ਦਿਨ ਵਿੱਚ ਚੰਨ ਚੜਾ ਕੇ ਆ ਗਈ ਕੁੜੀ ਕਲੇਸ਼ ਮਚਾ ਕੇ ਆ ਗਈ ਉਹਨੇ ਫਿਰ ਕੁਛ ਨਹੀਂ ਕੀਤਾ ਉਹਨੇ ਖਾਲਸਾ ਜੀ ਉਹ ਦੋ ਕੰਮ ਕੀਤੇ ਉਹ ਬੱਚੀ ਨੇ ਇੱਕ ਤਾਂ ਕੀਤਾ ਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਕਿਹਾ ਸੀ ਨਾ ਤੇਰੀ ਬੱਤੀ ਨਹੀਂ ਬਲਣੀ ਅੰਮ੍ਰਿਤ ਵੇਲੇ ਜੇ ਬੱਤੀ ਬਲ ਗਈ ਤੇਰੇ ਕਮਰੇ ਦੀ ਫਿਰ ਵੇਖ ਤੂੰ ਅਤੇ ਉਹਨੇ ਦੋ ਕੰਮ ਕੀਤੇ ਪਹਿਲੀ ਕੰਮ ਕੀਤਾ ਪਹਿਲੇ ਉਹਨੇ ਬਾਣੀ ਕੰਠ ਕਰਨਾ ਸ਼ੁਰੂ ਕਰ ਦਿੱਤਾ ਜਿਹਨੂੰ ਸਾਡੇ ਬਜ਼ੁਰਗ ਕਹਿੰਦੇ ਨਾ ਬਾਣੀ ਕੰਠ ਪੈਸਾ ਕੰਠ ਇਹ ਸਿੱਖਿਆ ਵਾਸਤੇ ਆਪ ਜੀ ਨੂੰ ਬੋਲ ਰਿਹਾ ਖਾਲਸਾ ਜੀ ਉਸ ਬੱਚੀ ਨੇ ਬਾਣੀ ਕੰਠ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜਾ ਕੰਮ ਕੀਤਾ ਬੈਟਰੀ ਮੰਗਾ ਲਈ ਇੱਕ ਛੋਟੀ ਜੀ ਅਤੇ ਹੁਣ ਅੰਮ੍ਰਿਤ ਵੇਲੇ ਲਾਈਟ ਤਾਂ ਜਗਣੀ ਨਹੀਂ ਜੇ ਲਾਈਟ ਜਗੀ ਤਾਂ ਫਿਰ ਮਹਾਭਾਰਤ ਸ਼ੁਰੂ ਦੋਵੇਂ ਪਾਸੇ ਜੰਗ ਸ਼ੁਰੂ ਹੋ ਜਾਣਾ ਅਤੇ ਉਹਨੇ ਫਿਰ ਇਸ ਤਰ੍ਹਾਂ ਨਿਯਮ ਨਿਭਾਇਆ ਖਾਲਸਾ ਜੀ ਬੈਟਰੀ ਨਾਲ ਅੰਮ੍ਰਿਤ ਵੇਲੇ ਬਾਣੀ ਪੜ੍ਹਨਾ ਅਤੇ 11 ਵਜੇ ਇਸ਼ਨਾਨ ਕਰਨਾ ਕਿਉਂਕਿ ਇਸ਼ਨਾਨ ਵੀ ਨਹੀਂ ਕਰ ਸਕਦੀ ਨਾਲ ਹੀ ਚੰਦੋ ਰਾਣੀ ਦਾ ਕਮਰਾ ਸੀ ਕਿਤੇ ਪੈ ਨਾ ਜਾਣ ਉੱਤੇ ਅਤੇ ਕਈ ਸਾਲ ਇਸ ਤਰ੍ਹਾਂ ਲੰਘੇ
कई साल लंघदे नूं उसकी माता सस नूं पैरलिस का अटैक हो गया, अर्धंग हो गया खालसा जी, पक्षाघात हो गया, पै गई मंजे ते। पर उस बेचारी बच्ची ने ना कमर कसा कसया, फिर उहदी सेवा कीती डट के, उहदा गंध उहदा मल मूत्र हत्थां नाल साफ करना, जिहड़ा हुण मंजे ते पै गया ते उही कम करना। ते बाणी बहुत पढ़दी सी, बाणी बड़ी कंठ कीती। उह कहिंदी मेरे सस ने मेरे नाल चंगा कीता, क्योंकि जिहड़े होशियार लोग होंदे ना दाने, उह सराप नूं भी वरदान बना लैंदे, उह जहर नूं भी अमृत बना लैंदे, जे रस्ते विच रोड़ा पिया ना उहनूं भी सीढ़ी बना लैंदे। उन्हें इस बहाने नाल बहुत बाणी कंठ कर ली, वो बच्ची ने ते बाणी पढ़ते रहिंदी सी ते उहदी सेवा करते रहिंदी सी। एक दिन नाल ना गमला टुट गया कच्च दा सी, सेवा करते करते ना हाथ लग गया। वो असी भी दास नूं जदों मिलदे ना संगतां नूं, जिहड़ा सामने टेबल होंदा उहदे ते कच्च रखिया होंदा एक, वो टुट गया एक दिन। मैं इन्हां नूं पुछिया यार किन्ने तोड़े, वो कहिंदे सानूं की पता, जिन्ने तोड़िया उहनूं तां पुछ करना। ते दो दिनां दे बाद पता लग्गिया किन्ने तोड़िया, वो 300 साल साढ़े कोल रहिंदा। जदों कानपुर यात्रा गई ना खालसा जी, वो जागृति यात्रा, उदों दा आया होया, वो यात्रा दे नाल ही आ गया साढ़े कोल रहिंदा, उहदा नां सी 300 साल। ते सिंघां ने कहता कहिंदे इन्हें तोड़िया, कहिंदे मैं उहनूं बुला लिया, मैं कहा सीसा तूं तोड़िया, वो कहिंदा वो ते पहले मेरे वल वेखे, कहिंदा सीसा हो या दिल आके टूट जाता है। मैं कहा तेरा बेड़ा तर जा, मैं दफा हो, मैं कहूँ तू तू मैं जाऊंगा तू तो बीबी तो ना कच तक तुम, वो टुट गया तो चकना छूर हो गया। तो सस ने भी वेख लिया कि गमला टुट गया, तो सस ने कहा कोई नहीं तेनू महाराज सोने के गमले देन। तो वो जी बच्ची सी ना बड़ी सियानी सी, कोई साधुओं की संगत की सी, उन्हें कहा माता जी मैं सोने का गमला सिर च मारना, कहते कि चूल्हे च पाउना, तू मैनू आशीर्वाद देना। तो उन्हें झोली कर ली, कहिंदे इहदे च मैनू सुखमनी साहब का गुटका पा दे, क्योंकि वड्डियां का आशीर्वाद लगता खालसा जी। जे तू बहुत खुश है मेरे ते, तूने तो जिंदगी भर मेरी मेरे नूं रुकावटां ही पाई, पर उस बच्ची ने कदे मन च नहीं सोचा कि मैंने रुकावटां पाइया करके उन्हें पैरलिस होया। वो कहिंदी चलो कर्मां दी खेड। उस बच्ची ने झोली अड़ के कहा माता जी जे तुसी खुश हो ना तो मेरे झोली च सुखमनी साहब का गुटका पा दे, मैं सोने सोने के गमले की करने। तो उहदी सास फिर वेर गई, कहिंदे मैं नहीं पाउणा, कहिंदे इहो जिहियां होंदियां ससां इत्थे बैठियां होणियां, पता नहीं थल्ले उतरे बाद मैनूं फड़ लैणा उहनां नूं। कहिंदा हुण ते बाबा कल्ला हैगा, कहिंदा उत्थे ते संतां नाल सी, संत बचा भी लैंदे सी। उहने कोई नहीं बाबे बलविंदर सिंह मेरे नाल ही रहिंदे, उहने ज्ञानी ने कहना 10-10 हज़ार का बल हुंदा, कहिंदे संतां विच एक ही संत बड़ा काफ़ी अपने नाल। तो वह वेर गई सस, कहन लगे मैं नहीं देना। तो वह बच्ची हंस के कहन लगी जा, कहन लगे अज तो मैं भी तेरी सेवा नहीं करनी। फिर उन्हें कहा मेरे हाथ तुला, फिर बच्ची ने हाथ सुचे कराए वो, फिर उन्हें चोली च गुटका पाया वो, तो कहन लगे तेन सेवक की ओड़क निभ ही प्रीत, चलत्यो साहब सेवक चलत्यो साहेब जीव तरा उचीत। फिर कहन लगे तेनू ओड़ तक बाजा वाला याद रख, तेरा बाजा वाला बाह ना छड़े, ओह जी अवशीष निकली। तो आओ खालसा जी आप कहानी पूरी कर दीए। वो जड़ा बैठा से ना कहना अल्लाह अल्लाह करना की होंगे, कह एवें साधु का दिमाग खराब, कुछ भी बोलते रहते स्टेज पर। वो साधु से ना खालसा जी, कदों भी साधु के मजलिस जाना ना फिर दिल में काबू रख के जाना, क्योंकि दिलों के जासूस होंगे साधु, वह पकड़ लेंदे की बोलता। जदों बोल रहा से ना उन्होंने पता लग गया कि यानी खंडन कर रहा सा, पर वो मन भी ही कर रहा सी। उन्होंने फिर क्या इन चल दसी है, फिर उन्होंने परी मजलिश कह लगा गधे तेनू की पता, कह लगे अल्लाह के नाम कितनी बरकत है, उन्होंने गधा बोलता। वो सारी संगत बैठी हुई सी, उन्हें भी चढ़ गया गुस्सा, कह लगा मैं भी नामी ग्रामी बंदा, कह लगा साधु मैंने गधा बोलकर चखाना दी इन्हू मजा। उन्हें फिर वेख्या मुरीद बहुत बैठे हुए सी, उन्हें कह लगा उठना ठीक नहीं है, और साड़ी फितरत है माड़े बंदे ते सानू गुस्सा आउंदा, जिहड़ा तकड़ा होवे ना फिर असी पूंछ लाउण लग पैंदे। कोई मारे ना पुलिस आफिसर दे मुँह ते चपेट जाके फिर पता लगदा किवें छिलदे, फिर किवें फिर मांजदे चंगी तरह।
ਅਸੀਂ ਮਾੜਿਆਂ 'ਤੇ ਗੁੱਸਾ ਕਰਦੇ ਖਾਲਸਾ ਜੀ। ਉਹਨੇ ਕਿਹਾ ਨਾ, ਫਿਰ ਉਹਨੇ ਕਿਹਾ ਮਾਰਨਾ ਸੰਤ ਨੂੰ ਬੋਲਣਾ ਠੀਕ ਨਹੀਂ ਹੈ। ਫਿਰ ਉਹ ਬਹਿ ਗਿਆ ਚੁੱਪ ਕਰਕੇ। ਉਹਨੂੰ ਆ ਗਿਆ ਗੁੱਸਾ ਖਾਲਸਾ ਜੀ, ਤੈਨੂੰ ਗੁੱਸਾ ਕਰ ਲਿਆ ਕੰਟਰੋਲ, ਅਤੇ ਗੁੱਸਾ ਪੀ ਲਿਆ ਆਪਣਾ, ਪਰ ਉਹ ਕੰਟਰੋਲ ਨਹੀਂ ਹੋਇਆ ਗੁੱਸਾ, ਉਹਦਾ ਚਿਹਰਾ ਲਾਲ ਹੋ ਗਿਆ, ਅੱਖਾਂ ਵਿੱਚੋਂ ਖੂਨ ਆ ਗਿਆ ਉਹਦੇ, ਅਤੇ ਉਹਦੇ ਸਾਰੇ ਸਰੀਰ 'ਤੇ ਪਸੀਨਾ ਪਸੀਨਾ ਹੋ ਗਿਆ, ਸਾਰਾ ਵਜੂਦ ਉਹਦਾ ਕੰਬਣ ਲੱਗਾ। ਅਤੇ ਸਾਧੂ ਕਹਿਣ ਲੱਗੇ, ਤੂੰ ਤਾਂ ਯਾਰ ਚੰਗਾ ਭਲਾ ਬੈਠਿਆ ਸੀ, ਹੁਣ ਤੇਰੀ ਕੈਫੀਅਤ ਕਿਉਂ ਬਦਲ ਗਈ? ਕਹਿਣ ਲੱਗੇ, ਤੇਰਾ ਚਿਹਰਾ ਲਾਲ ਹੋ ਗਿਆ। ਕਹਿਣ ਲੱਗੇ, ਪੱਖੇ ਚੱਲ ਰਹੇ, ਇਹ ਸਭ ਕੁਝ ਚੱਲ ਰਿਹਾ, ਤੇਰੇ ਅੱਖਾਂ ਵਿੱਚ ਖੂਨ ਉੱਤਰ ਆਇਆ। ਕਹਿਣ ਲੱਗੇ, ਤੇਰਾ ਵਜੂਦ ਕੰਬ ਰਿਹਾ। ਉਹ ਕਹਿਣ ਲੱਗੇ, ਹਜ਼ੂਰ ਤੁਸੀਂ ਵੀ ਮੇਰੇ ਨਾਲ ਜਾਤੀ ਕੀਤੀ ਨਾ? ਕਹਿਣ ਲੱਗੇ, ਉਹ ਕਹਿਣ ਲੱਗੇ, ਉਹਨਾਂ ਨੇ ਫਰਮਾਇਆ ਮੈਂ ਕੀ ਕੀਤਾ? ਉਹ ਕਹਿਣ ਲੱਗੇ, ਸਾਰਿਆਂ ਦੇ ਨਾਮ, ਸਾਰਿਆਂ ਦੇ ਸਾਹਮਣੇ ਮੈਨੂੰ ਗਧਾ ਬੋਲਤਾ ਤੁਸੀਂ, ਅਤੇ ਮੈਨੂੰ ਗੁੱਸਾ ਨਹੀਂ ਤਾਂ ਹੋਰ ਕੀ ਆਵੇਗਾ? ਮੇਰੇ ਅੱਖਾਂ ਲਾਲ ਨਹੀਂ ਹੋਏਗੇ ਤਾਂ ਕੀ ਹੋਵੇਗੀ? ਮੇਰਾ ਪਸੀਨਾ ਨਿਕਲੇਗਾ ਤਾਂ ਹੋਰ ਕੀ ਹੋਏਗਾ? ਕਹਿਣ ਮੇਰਾ ਵਜੂਦ ਕੰਪੇ ਤਾਂ ਕਿਉਂ ਨਹੀਂ ਕੰਪੇਗਾ? ਉਹ ਕਹਿਣ ਲੱਗੇ, ਨਾਮਾ ਕੂਲ ਨਾ ਲਾਇਆ। ਕਹਿਣ ਲੱਗੇ, ਥੋੜ੍ਹੀ ਦੇਰ ਪਹਿਲੇ ਸੋਚ ਰਿਹਾ ਸੀ ਅੱਲਾ ਅੱਲਾ ਬੋਲਣ ਨਾਲ ਕਿਆ ਹੋ ਗਿਆ, ਗਧਾ ਬੋਲਣ ਨਾਲ ਕਿੰਨੀਆਂ ਚੀਜ਼ਾਂ ਹੋ ਗਈਆਂ ਦੇਖ, ਅਤੇ ਅੱਲਾ ਬੋਲਣ ਨਾਲ ਕੀ ਨਹੀਂ ਹੋਵੇਗਾ? ਕਹਿਣ ਲੱਗੇ, ਪਹਿਲੇ ਥੋੜ੍ਹੀ ਦੇਰ ਪਹਿਲੇ ਤਾਂ ਕਹਿਣ ਲੱਗੇ ਅੱਲਾ ਬੋਲਣ ਨਾਲ ਕੀ ਹੁੰਦਾ ਕਹਿੰਦਾ ਸੀ ਨਾ, ਅਤੇ ਗਧਾ ਬੋਲਣ ਨਾਲ ਕੀ ਹੋ ਗਿਆ ਤੈਨੂੰ ਵੇਖ, ਅਤੇ ਅੱਲਾ ਬੋਲਣ ਨਾਲ ਕੀ ਨਹੀਂ ਹੋਵੇਗਾ? ਸੋ ਖਾਲਸਾ ਜੀ, ਉਹ ਨਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ। ਸਾਰਿਆਂ ਨੂੰ ਕਥਾ ਸਮਝ ਆ ਗਈ ਕਿ ਨਹੀਂ? ਇਹ ਨਹੀਂ ਆਈ ਨਾ, ਅਤੇ ਕੰਮ ਕਰਨਾ, ਲੰਗਰ ਪਾਣੀ ਛੱਕ ਕੇ ਨਾ ਚੌਰਸਤੇ 'ਤੇ ਖੜ੍ਹੇ ਹੋ ਜਾਣਾ, ਕੋਈ ਤਕੜਾ ਜਿਹਾ ਮੁੰਡਾ ਵੇਖ ਕੇ ਨਾ ਹੱਟਾ ਕੱਟਾ, ਉਹਨੂੰ ਰੋਕ ਲੈਣਾ, ਉਹਨੂੰ ਕਹਿਣਾ ਕੱਪੜੇ ਬੜੇ ਸੋਹਣੇ ਪਾਏ ਤੂੰ, ਘੜੀ ਵੀ ਸੋਹਣੀ ਬੰਨੀ, ਮੋਬਾਈਲ ਵੀ ਸੋਹਣਾ ਹੈ, ਪਰ ਹੈ ਤੂੰ ਖੋਤਾ। ਫਿਰ ਜੋ ਵੀ ਹੁੰਦਾ ਨਾ, ਭਾਈ ਰਾਮ ਸਿੰਘ ਦਾ ਨੰਬਰ ਤੁਹਾਡੇ ਕੋਲ, ਸਾਨੂੰ ਦੱਸਣਾ ਸ਼ਾਮ ਤੱਕ ਕੀ ਹੋਇਆ। ਬਾਬਾ ਬਲਵਿੰਦਰ ਸਿੰਘ ਕੋਲ ਵੀ ਨੰਬਰ ਹੈ। ਖਾਲਸਾ ਜੀ, ਉਹ ਸ਼ਬਦਾਂ ਦਾ ਇੰਨਾ ਅਸਰ ਹੁੰਦਾ, ਛੋਟੇ ਛੋਟੇ ਸ਼ਬਦਾਂ 'ਤੇ ਵਾਹਿਗੁਰੂ ਦਾ ਕਿੰਨਾ ਅਸਰ ਹੋਏਗਾ। ਅੱਧੇ ਸੁੱਤੇ ਅੱਧੇ ਜਾਗਦੇ ਕੀ ਫਤਿਹ ਜੈਕਾਰਾ ਛੱਡਦੇ ਆ ਨਾ, ਇੱਕ ਵਾਰ ਲਾ ਦਿਓਗੇ? ਹੁਣ ਪਤਾ ਲੱਗਿਆ ਬਾਬੇ ਨਿਧਾਨ ਸਿੰਘ ਦੀ ਬਰਸੀ ਆਪਾਂ ਮਨਾ ਰਹੇ। ਖਾਲਸਾ ਜੀ, ਉਹ ਛੋਟੇ ਛੋਟੇ ਸ਼ਬਦ ਇੰਨਾ ਅਸਰ ਰੱਖਦੇ, ਅਤੇ ਵਾਹਿਗੁਰੂ ਦਾ ਨਾਮ ਕਿੰਨਾ ਅਸਰ ਰੱਖੇਗਾ। ਅਤੇ ਜਪਿਆ ਬਸ ਕਰਦੇ ਹੁਣ, ਵਾਹਿਗੁਰੂ ਦਾ ਨਾਮ ਕਿੰਨਾ ਅਸਰ ਰੱਖੇਗਾ ਖਾਲਸਾ ਜੀ। ਇਸ ਕਰਕੇ ਭਜਨ ਕਰਿਆ ਕਰੋ, ਬੰਦਗੀ ਕਰਿਆ ਕਰੋ, ਸਿਮਰਨ ਕਰਿਆ ਕਰੋ, ਜੁੜੇ ਵਾਲਿਆਂ ਦੇ ਯਾਦ ਵਿੱਚ ਬੈਠੇ ਖਾਲਸਾ ਜੀ ਉਹ ਪ੍ਰਣ ਕਰਕੇ ਜਾਓ। ਬਾਬਾ ਕਾਲਾ ਸਿੰਘ ਜੀ ਨੇ ਕਿਹਾ ਸੀ ਅੰਮ੍ਰਿਤ ਛੱਕ ਕੇ ਜਾਣਾ। ਬਾਬੇ ਕਰਤਾਰ ਸਿੰਘ ਦੀ ਵਾਰਤਾ ਚੇਤੇ ਆ ਗਈ, 3 ਵਜੇ ਜਾਣਾ ਉਹਨਾਂ ਨੇ, ਤੁਸੀਂ ਵੀ ਗਾਣਾ ਪੈਂਦਾ ਨਹੀਂ, ਬਾਬਾ ਚੁੱਪ ਕਰ ਗਿਆ, ਆਪਾਂ ਉਹ ਨਹੀਂ ਬੋਲਣਾ। ਖਾਲਸਾ ਜੀ, ਹਾਂ ਚੁੱਪ ਗਏ, ਬੋਲੋ ਬੋਲ ਗਏ। ਦੂਜਿਆਂ ਨੂੰ ਭੁੱਖ ਲੱਗੀ, ਕਹਿੰਦੇ ਬਾਬਾ ਹਟਦਾ ਹੀ ਨਹੀਂ। ਖਾਲਸਾ ਜੀ, ਉਹ ਨਾਮ ਜਪਣਾ, ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਅੰਮ੍ਰਿਤ ਨਹੀਂ ਛਕਿਆ, ਜਿਹੜੇ ਗੁਰੂ ਵਾਲੇ ਨਹੀਂ ਬਣੇ, ਉਹਨਾਂ ਨੂੰ ਬੇਨਤੀ ਹੈ ਕੱਲ੍ਹ ਤਖਤ ਸਾਹਿਬ 'ਤੇ ਅੰਮ੍ਰਿਤ ਸੰਚਾਰ ਹੋਵੇਗਾ, ਅਤੇ ਉਹ ਤਿਆਰ ਬੜ ਤਿਆਰ ਹੋ ਕੇ ਆ ਜਾਣ। ਧੰਨਵਾਦ ਧੰਨ ਧੰਨ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਦਾ, ਧੰਨਵਾਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਅਤੇ ਸਾਰਿਆਂ ਤੋਂ ਅਨੰਦ ਸੇਵਕ ਕਲਗੀਧਰ ਪਾਤਸ਼ਾਹ ਜੀ ਦੇ, ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ। ਵੇਖੋ ਮਹਾਂਪੁਰਖਾਂ ਨੇ ਕਿੰਨੀਆਂ ਰੌਣਕਾਂ ਲਾਈਆਂ, ਹੁਣ ਤੱਕ ਲਾਈਨ ਨਹੀਂ ਟੁੱਟ ਰਹੀ ਮੱਥਾ ਟੇਕਣ ਦੀ। ਮੈਂ ਜਿਸ ਵੇਲੇ ਬੋਲਣਾ ਸ਼ੁਰੂ ਕੀਤਾ ਸੀ, ਬੋਲਣ ਵਾਲਾ ਸੀ ਕਿ ਬਹਿ ਜਾਓ ਕਰਕੇ, ਉਹ ਅਗਲਿਆਂ ਨੇ ਕਹਿਣਾ ਤੂੰ ਤੇਰਾ ਬੋਲ ਸਾਨੂੰ ਕੀ ਬੋਲੀ ਜਾਂਦਾ, ਅਸੀਂ ਆਪਣਾ ਮੱਥਾ ਟੇਕਦੇ, ਫਿਰ ਮੈਂ ਇਸ ਕਰਕੇ ਬੋਲਿਆ ਨਹੀਂ। ਖਾਲਸਾ ਜੀ, ਸਾਰਿਆਂ ਦਾ ਧੰਨਵਾਦ। ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ, ਹਜ਼ੂਰੀ ਸਿੰਘਾਂ ਦੇ ਦਿਲਾਂ ਦੀ ਧੜਕਣ, ਬਾਬਾ ਗੁਰਦੇਵ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਕੋਈ ਨਾਮ ਭੁੱਲ ਗਿਆ ਤਾਂ ਨਾ ਰੁੱਸਿਓ ਨਾ ਕੋਈ, ਬਾਅਦ 'ਚ ਥੱਲੇ ਮੈਨੂੰ ਫੜ ਲੈਂਦੇ ਚੇਲੇ, ਕਹਿੰਦੇ ਤੂੰ ਕਹਿੰਦੇ ਸਾਡੇ ਬਾਬਿਆਂ ਦਾ ਨਾਂ ਨਹੀਂ ਲਿਆ। ਸਾਰੇ ਸੰਤਾਂ ਦਾ, ਬਾਬਾ ਜਵਾਲਾ ਸਿੰਘ ਜੀ ਦਾ, ਬਾਬਾ ਗੁਰਦੇਵ ਸਿੰਘ ਦਾ, ਹੋਰ ਕਿਹੜੇ ਕਿਹੜੇ ਬਾਬੇ ਹੈਗੇ, ਬਾਬਾ ਕਾਲਾ ਸਿੰਘ ਜੀ, ਬਾਬਾ ਜੋ ਯਾਰ ਆਪਾਂ ਪਰਿਵਾਰ 'ਚ ਬੈਠੇ, ਮੈਂ ਸਟੇਜ 'ਤੇ ਇਸ ਤਰ੍ਹਾਂ ਨਹੀਂ ਬੋਲਦਾ, ਮੈਂ ਸਟੇਜ 'ਤੇ ਮੈਂ ਇਸ ਤਰ੍ਹਾਂ ਬੋਲਦਾ ਜੋ ਪਰਿਵਾਰ 'ਚ ਬੋਲਦਾ। ਬਾਜਾਂ ਵਾਲੇ ਨੇ ਕਿਹਾ ਤੈਨੂੰ ਸਟੇਜ 'ਤੇ ਬੋਲਣਾ ਨਹੀਂ ਆਉਂਦਾ, ਤੂੰ ਮੇਰੇ ਪਰਿਵਾਰ ਵਿੱਚ ਬੋਲਿਆ ਕਰ।
मेरा परिवार इकट्ठा होएगा ना उस वेले बोलिया कर तू। सो खालसा जी एक नहीं अनेक प्रकार दियां पुल्लां होंगे। भाई अमरीक सिंह जी अजना लियाले इन्हां दा भी धन्यवाद, सारे साधुआं दा धन्यवाद, सारे महापुरशां दा धन्यवाद। बाबा बलविंदर सिंह जी बोले नहीं, मैं उस स्टेज सकत्तर नूं कहा मेरे दुआले होया रहिंदा हर साहब, मैनू ही तवा चाड़दे रहिंदा, हुण बाबे नूं नहीं बोलदा मैं। वो कहना मैं की बोलांगा, मैं की करांगा, मेरे पिछे लगना, उठो उठो उठो, खड़े रह के बोलो। महापुरशां दा सारिआं दा संगतां दा धन्यवाद खालसा जीओ। एक तरह एक प्रकार दी नहीं, कई तरह प्रकार दीआं भुल्लां होईआं होणगीआं। आप जी दा बच्चा है खालसा जीओ, सारिआं दे चरणां ते नमस्कार करके माफ़ी मंगदा। कोई चंगी चीज़ लगे खालसा जीओ जरूर हिरदे च वसा के जाउणी। वाहिगुरू जी का खालसा, वाहिगुरू जी की फतेह। बोले सो निहाल। सात संगत जी, आप जी ने सिंह साहब के अमुले बचन आप जी ने सांझ की, बहुत बहुत धन्यवाद। जहदार भाई ध्यान सिंह जी मंड साहब वो भी पहुंचे ने महापुर।